ਰਾਵੀ ਦਰਿਆ ਵਿੱਚ ਰੁੜਿਆ ਕਿਸਾਨ। ਬੀਤੇ ਦਿਨ ਰਮਦਾਸ ਨੇੜੇ ਰਾਵੀ ਦਰਿਆ ਵਿੱਚ ਰੁੜੇ ਕਿਸਾਨ ਬਲਵਿੰਦਰ ਸਿੰਘ ਦੀ ਪਾਕਿਸਤਾਨ ਵਾਲੇ ਖੇਤਰ ਵਿੱਚ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਸਮੇਂ ਬਲਵਿੰਦਰ ਸਿੰਘ ਦੀ ਲਾਸ਼ ਪਾਕਿਸਤਾਨੀ ਰੇਂਜਰਾਂ ਕੋਲ ਹੈ ਅਤੇ ਕੁਝ ਸਮੇਂ ਬਾਅਦ ਉਸ ਦੀ ਲਾਸ਼ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ BSF ਦੇ ਹਵਾਲੇ ਕੀਤਾ ਜਾਵੇਗਾ। ਇਸ ਘਟਨਾ ਸੰਬੰਧੀ ਮ੍ਰਿਤਕ ਕਿਸਾਨ ਦੇ ਬੇਟੇ ਨੇ ਜਾਣਕਾਰੀ ਦਿੱਤੀ। ਅਜਨਾਲਾ ਤੋਂ ਅਜੀਤ ਵੈਬ TV ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ। ਗਏ ਸੀ ਇੱਧਰ ਪੈੜੀ 'ਚ ਮੋਟਰ ਦੇਖਣ ਪਾਣੀ ਵਾਸਤੇ, ਵੀ ਮਤਲਬ ਪਾਣੀ ਦਾ ਭਾਅ ਵੇਖਣਾ ਵੀ ਕਿੱਦਾਂ ਵਾ ਕਿੱਦਾਂ ਨਹੀਂ ਆ, ਅਤੇ ਉਹਦੇ ਚੱਕਰ 'ਚ ਉਹ ਗਏ ਸੀ ਅਤੇ ਉਹ ਕਿਤੇ ਉੱਧਰ ਪਾਣੀ ਜ਼ਿਆਦਾ ਰੋੜ ਹੋਣ ਕਰਕੇ ਅਤੇ ਉਹ ਪੈਰ ਫਿਸਲ ਗਿਆ ਅਤੇ ਉਹ ਇਹ ਆ ਵੀ ਦਰਿਆ 'ਚ ਰੁੜ ਗਏ। ਤੁਸੀਂ ਬੇਟੇ ਉਹਨਾਂ ਦੇ? ਹਾਂਜੀ ਹਾਂਜੀ। ਅੱਛਾ ਅੱਛਾ। ਇਹ ਵਾਕਿਆ ਕਿੰਨੇ ਵਜੇ ਹੋਇਆ? ਇਹ ਵਾਕਾ ਪਤਾ ਸਾਨੂੰ ਤਾਂ ਲੱਗਾ ਸੀ ਤਕਰੀਬਨ 3-4 ਵਜੇ ਡੇਢ ਗੇਟ ਪਤਾ ਲੱਗਾ ਸੀ ਦੁਪਹਿਰੇ। ਹਾਂਜੀ, ਵੀ ਆਹ ਗੱਲ ਮਤਲਬ ਉਹਨਾਂ ਨੇ ਵੇਖ ਲਿਆ ਉੱਥੇ ਬੰਦਿਆਂ ਨੇ ਜਾਂਦਿਆਂ ਵੀ ਬੰਦਾ ਕੋਈ ਰੁੜ ਗਿਆ ਵਾ। ਫਿਰ ਸਾਡੀ ਪਛਾਣ 'ਚ ਆਇਆ ਵੀ ਫਾਦਰ ਸਾਹਿਬ ਸਾਡੇ ਆਏ ਨਹੀਂ ਆ, ਮਤਲਬ ਫਿਰ ਅਸੀਂ ਕੀਤਾ ਅਤੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਉਹ ਸੀ।